ਕਿ ਮੈਂ ਪਹਿਲਾਂ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਨਮਨ ਕਰਾਂ ਕਿ ਮਹਾਤਮਾ ਗਾਂਧੀ ਜੀ ਨੂੰ। ਰਵੀ ਕੁਮਾਰ ਨੇ ਕਿਹਾ, ਜਵਾਬ ਦਿੱਤਾ, ਤੁਸੀਂ ਪ੍ਰਧਾਨ ਮੰਤਰੀ ਬਣੇ ਹੋ, ਨਾ ਇਹਦੇ ਵਿੱਚ ਰੋਲ ਮਹਾਤਮਾ ਗਾਂਧੀ ਜੀ ਦਾ ਨਾ ਪੰਡਿਤ ਜਵਾਹਰ ਲਾਲ ਨਹਿਰੂ ਜੀ ਦਾ। ਕਹਿੰਦੇ ਫਿਰ ਕਹਿੰਦੇ ਜਾਂ ਬਾਬਾ ਸਾਹਿਬ ਅੰਬੇਡਕਰ ਨੂੰ ਨਮਨ ਕਰ, ਜਿਹਨੇ ਤੁਹਾਨੂੰ ਹੱਕ ਜਿਹੜਾ ਸੰਵਿਧਾਨ ਦੇ ਵਿੱਚ ਦਿੱਤੀ ਕੀਤਾ ਉਹਨਾਂ ਨੇ ਨਹੀਂ ਕੀਤਾ। ਲਿਖ ਦਿਓ ਵੀ ਅਸੀਂ ਇਸ ਦੇਸ਼ ਤੇ ਹੁਕਮਰਾਨ ਹਾਂ, ਖੁਸ਼ੀ